ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀਰਾ ਸਾਹਿਬ। ਅਸੀਂ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲ 'ਚ ਮੈਸੇਜ ਨਾਲ। ਸਾਡੀ ਪਹਿਲੀ ਈਮੇਲ ਆਈ ਹੈ ਵੀਰ ਅਮਰਵੀਰ ਸਿੰਘ ਜੀ ਦੀ, ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਅਤੇ ਪੈਨੀ ਲਮਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਪ੍ਰਸਿੱਧ ਨਾਟਕਕਾਰ ਅਤੇ ਕੋਮੇਡੀਅਨ ਗੁਰਚੇਤ ਚਿੱਤਰਕਾਰ ਵੱਲੋਂ ਇੱਕ ਨਾਟਕ ਜਿਸ ਦਾ ਨਾਮ ਹੈ ਧਰਮਰਾਜ.com ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਪੇਸ਼ ਕੀਤਾ ਜਾਣਾ ਸੀ, ਜੋ ਕਿ ਪਖੰਡੀ ਬਾਬਿਆਂ, ਝੂਠੇ ਲੀਡਰਸ, ਨਸ਼ੇ ਦੇ ਵਪਾਰੀਆਂ, ਲੈਂਡ ਮਾਫੀਆ, ਭਰੂਣ ਹੱਤਿਆ ਕਰਨ ਵਾਲਿਆਂ ਅਤੇ ਦਾਜ ਦੇ ਲੋਭੀਆਂ ਆਦਿ ਸਮਾਜ ਵਿਰੋਧੀ ਅਨਸਰਾਂ ਦੀ ਸੋਚ ਨੂੰ ਲੋਕਾਂ ਅੱਗੇ ਰੱਖਣ ਦੇ ਲਈ ਸੀ ਕਿ ਕਿਵੇਂ ਇਹ ਸਭ ਮਿਲ ਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਲੋਕਾਂ ਦਾ ਖੂਨ ਪੀਂਦੇ ਨੇ। ਪਰ ਇਹ ਨਾਟਕ ਨਹੀਂ ਹੋ ਸਕਿਆ ਕਿਉਂਕਿ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ RSS, ਸ਼ਿਵ ਸੈਨਾ, ਬਜਰੰਗ ਦਲ, BJP ਵਰਕਰਸ, ਆਸਾਰਾਮ ਚੇਲੇ, ਡੇਰਾ ਸਿਰਸਾ ਦੇ ਚੇਲੇ, ਇਨ ਸ਼ਾਰਟ ਸਾਰੀ ਗੁੰਡਾ ਬ੍ਰਿਗੇਡ ਇਕੱਠੀ ਹੋ ਕੇ ਆ ਗਈ ਅਤੇ ਉਹਨਾਂ ਨੇ ਸ਼ਰੇਆਮ ਨਾਅਰੇਬਾਜ਼ੀ ਕੀਤੀ, ਧਮਕੀਆਂ ਵੀ ਦਿੱਤੀਆਂ ਕਿ ਅਸੀਂ ਇਹ ਨਹੀਂ ਹੋਣ ਦੇਵਾਂਗੇ, ਇਹਨਾਂ ਲੋਕਾਂ ਦੇ ਬੱਚਿਆਂ ਨੂੰ ਕਿਡਨੈਪ ਕਰ ਲਵਾਂਗੇ, ਇਹਨਾਂ ਦੇ ਘਰਾਂ ਨੂੰ ਅੱਗ ਲਗਾ ਦੇਵਾਂਗੇ, ਇਹਨਾਂ ਦੀ ਮੌਤ ਹੁਣ ਤੈਅ ਹੈ, ਇਹਨਾਂ ਨੂੰ ਜ਼ਿੰਦਾ ਜਲਾ ਦੇਵਾਂਗੇ। ਪੁਲਿਸ ਵਾਲੇ ਵੀ ਉੱਥੇ ਮੌਜੂਦ ਸੀ, ਪਰ ਬਜਾਏ ਉਹਨਾਂ ਲੋਕਾਂ ਨੂੰ ਰੋਕਣ ਦੇ ਸਭ ਚੁੱਪ ਕਰਕੇ ਇਹ ਤਮਾਸ਼ਾ ਦੇਖ ਰਹੇ ਸਨ। ਸਗੋਂ ਪੁਲਿਸ ਨੇ ਉਲਟਾ ਨਾਟਕ ਕਰਨ ਵਾਲਿਆਂ ਨੂੰ ਕਿਹਾ ਕਿ ਇਹ ਨਾਟਕ ਨਹੀਂ ਹੋ ਸਕਦਾ, ਤੁਸੀਂ ਥੀਏਟਰ ਵਿੱਚੋਂ ਬਾਹਰ ਚਲੇ ਜਾਓ। ਦੂਜੇ ਪਾਸੇ ਗੁੰਡਾ ਬ੍ਰਿਗੇਡ ਨੇ ਸ਼ਰੇਆਮ ਇਹ ਵੀ ਕਿਹਾ ਕਿ ਤੁਸੀਂ ਹੁਣ ਭੁੱਲ ਜਾਓ ਕਿ ਹਿੰਦੂ ਕਮਜ਼ੋਰ ਨੇ, ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਸਾਡੀ ਤਾਕਤ ਕੀ ਹੈ। ਪਹਿਲਾਂ ਸਾਡੀ ਸਰਕਾਰ ਨਹੀਂ ਸੀ, ਹੁਣ ਸਾਡੀ ਸਰਕਾਰ ਹੈ, ਜੋ ਅਸੀਂ ਚਾਹੁੰਦੇ ਹਾਂ ਉਹ ਹੀ ਹੋਵੇਗਾ। ਇਸ ਨਾਟਕ ਦੇ ਪੋਸਟਰ ਸਾਰੇ ਚੰਡੀਗੜ੍ਹ ਵਿੱਚ ਪਾੜ ਦਿੱਤੇ ਗਏ ਕਿਉਂਕਿ ਉਹਨਾਂ 'ਤੇ ਲਿਖਿਆ ਹੋਇਆ ਸੀ ਕਿ ਲੀਡਰ ਬਾਬੇ, ਇਨ ਦਾ ਹੈਲ ਆਲ ਇਜ਼ ਵੈਲ, ਅਤੇ ਐਸੇ ਦਿਨ ਆਉਣ ਵਾਲੇ ਹਨ ਕਿ ਇਹ ਗੁੰਡਾਗਰਦੀ ਦਾ ਨਾਸ਼ ਸ਼ਰੇਆਮ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਅਤੇ ਸਭ ਤੋਂ ਜ਼ਿਆਦਾ ਸਿਵਲਾਈਜ਼ ਸਿਟੀ ਕਹਾਉਣ ਵਾਲੇ ਚੰਡੀਗੜ੍ਹ ਆਮ ਦੇਖਣ ਨੂੰ ਮਿਲਿਆ। ਪੁਲਿਸ ਪਰੇਸ਼ਾਨ ਅਤੇ ਸਰਕਾਰ ਬਿਲਕੁਲ ਖਾਮੋਸ਼ ਸੀ। ਇਹ ਦਿਨ ਰੰਗ ਮੰਚ ਲਈ ਇੱਕ ਕਾਲਾ ਦਿਨ ਸੀ, ਜਿਸ ਦਿਨ ਸੱਚ ਦੀ ਆਵਾਜ਼ ਅਤੇ ਗੁੰਡਾ ਪਾਵਰ ਹੈਵੀ ਦਿਖਾਈ ਦਿੱਤੀ। ਇਹ ਆਉਣ ਵਾਲੇ ਐਸੇ ਦਿਨਾਂ ਦਾ ਸੰਕੇਤ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਿਵੇਂ ਬਹੁ ਗਿਣਤੀ ਘੱਟ ਗਿਣਤੀ ਨੂੰ ਦਬਾਏਗੀ। ਜੀ ਡਾਕਟਰ ਸਾਹਿਬ, ਨਾਟਕਕਾਰ ਗੁਰਚੇਤ ਜੀ, ਚਿੱਤਰਕਾਰ, ਨਾਟਕ ਦਾ ਕੀ ਨਾਮ ਸੀ? ਨਾਟਕ ਦਾ ਨਾਮ ਸੀ ਧਰਮਰਾਜ.com। ਵੀਰ ਅਮਰਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਉਸ ਖਬਰ ਵੱਲ ਇਸ਼ਾਰਾ ਕੀਤਾ ਜਿਹੜਾ ਸਮ ਹਵਾਲ ਹੈ, ਉਹਨਾਂ ਦੀ ਕਈ ਦਿਨ ਪਹਿਲਾਂ ਦੀ ਆਈ ਹੋਈ ਹੈ ਈਮੇਲ ਜੀ, ਪਰ ਮੈਂ ਇਹ ਖਬਰ ਵੀ ਕਿਤੇ ਮੀਡੀਆ ਦੇ ਵਿੱਚ ਨਹੀਂ ਦੇਖੀ ਜਿੰਨਾ ਕਿ ਮੀਡੀਆ ਮੈਂ ਮੋਨੀਟਰ ਕਰਦਾ, ਨਹੀਂ ਤਾਂ ਇਸ ਨੂੰ ਮੈਂ ਆਪਣੇ ਮੁੱਖ ਮੁੱਦੇ ਦਾ ਵਿਸ਼ਾ ਬਣਾਇਆ ਹੁੰਦਾ ਜੀ। ਉਹਨਾਂ ਦਾ ਧੰਨਵਾਦ ਹੈ ਵੀਰ ਅਮਰਵੀਰ ਸਿੰਘ ਜੀ ਦਾ ਵੀ ਉਹਨਾਂ ਨੇ ਇਸ ਗੱਲ ਦੇ ਉੱਤੇ ਹਾਈਲਾਈਟ ਕੀਤਾ, ਜਿਵੇਂ ਉਹਨਾਂ ਦੀ ਜਾਣਕਾਰੀ ਤੋਂ ਹੀ ਸਾਨੂੰ ਇਹ ਪਤਾ ਲੱਗਾ ਜੀ ਕਿ ਗੁਰਚੇਤ ਚਿੱਤਰਕਾਰ ਜਿਹਨਾਂ ਨੇ ਧਰਮਰਾਜ.com ਜ਼ਾਹਰ ਹੈ ਕਿ ਇਹ ਇੱਕ ਸੋਸ਼ਲ ਜਿਹੜੀਆਂ ਈਵਲਸ ਨੇ, ਸਮਾਜਿਕ ਬੁਰਾਈਆਂ, ਉਹਨਾਂ ਦੇ ਵਿੱਚ ਡੇਰਾਵਾਦ, ਬਾਬਾਵਾਦ, ਜੋਤਸ਼ੀ, ਤਾਂਤਰਿਕ ਮੰਤਰੀ ਜਿਹੜੇ ਕਿ ਮੌਤ ਦਾ ਡਰ ਦੇ ਕੇ ਜਾਂ ਵਹਿਮਾਂ ਭਰਮਾਂ ਦਾ ਸ਼ਿਕਾਰ ਬਣਾ ਕੇ ਜਾਂ ਲੋਕਾਂ ਦੀ ਇਨਸਿਕਿਉਰਿਟੀ ਜਾਂ ਲੋਕਾਂ ਦੇ ਜੀਵਨ 'ਚ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ, ਬਿਮਾਰੀ ਹੈ, ਨੌਕਰੀ ਨਹੀਂ ਮਿਲਦੀ, ਕੋਈ ਹੋਰ ਕਲੇਸ਼ ਨੇ, ਜਿਹੜੇ ਕਿ ਕੁਦਰਤੀ ਗੱਲ ਹੈ, ਹਿਊਮਨ ਨੇਚਰ ਦਾ ਇੱਕ ਹਿੱਸਾ ਹੈ, ਪਰ ਉਸ ਨੂੰ ਉਹ ਕੋਈ ਗ੍ਰਹਿਆਂ ਨਾਲ ਜੋੜ ਦਿੰਦੇ ਨੇ, ਕੋਈ ਹੋਰ ਕਰ ਦਿੰਦੇ ਨੇ, ਅਤੇ ਭੋਲੇ ਭਾਲੇ ਲੋਕ ਇਹਨਾਂ ਦੇ ਜਾਲ 'ਚ ਫਸਦੇ ਨੇ, ਇਸ ਦੇ ਉੱਤੇ ਹੀ ਇਹ ਹਾਈਲਾਈਟ ਹੋਇਆ ਹੋਏਗਾ ਜੀ। ਸੋ ਜਿਸ ਤਰੀਕੇ ਦੇ ਨਾਲ ਔਰ ਉਹਨਾਂ ਦਾ ਜਿਵੇਂ ਉਹਨਾਂ ਨੇ ਦੱਸਿਆ ਕਿ ਵੀ ਰੋਕਣ ਵਾਲਿਆਂ ਦੇ ਵਿੱਚ ਇਹ ਅਲਾਇੰਸ ਜਿਹਦੇ ਵਿੱਚ RSS ਤੋਂ ਇਲਾਵਾ ਸ਼ਿਵ ਸੈਨਾ, ਬਜਰੰਗ ਦਲ ਔਰ ਸੌਦਾ ਸਾਹਿਬ ਦੇ ਚੇਲੇ ਔਰ ਇਹ ਸਾਰਾ ਨੈਟਵਰਕ ਵੀ ਸਾਹਮਣੇ ਆਇਆ। ਸੋ ਮੈਨੂੰ ਤਾਂ ਕਦੇ ਵੀ ਸ਼ੁਰੂ ਤੋਂ ਇਹ ਭੁਲੇਖਾ ਨਹੀਂ ਰਿਹਾ, ਪਿਛਲੇ 67 ਸਾਲ ਤੋਂ ਜੇ ਅਸੀਂ ਇਹ ਸਾਰੇ ਡੇਰਾਵਾਦ ਦੀ ਸ਼ੁਰੂਆਤ ਦੇਖੀਏ, ਰਾਧਾ ਸਵਾਮੀਆਂ ਤੋਂ ਸ਼ੁਰੂ ਕਰਕੇ ਨਰਕਧਾਰੀਆਂ ਤੋਂ ਅੱਜ ਵਿਦਨ ਸਿੱਖਾਂ ਦੇ ਵੀ ਰੁਲਦਾ ਸਿੰਘ ਮਰ ਗਿਆ, ਰੁਲ ਗਿਆ ਰਾਸ਼ਟਰੀ ਸਿੱਖ ਸੰਗਤ ਵਾਲਾ, ਕਿਸ ਤਰੀਕੇ ਨਾਲ ਉਹਨੇ ਈਵਨ ਦਮਦਮੀ ਟਕਸਾਲ ਵਰਗੀ ਜਥੇਬੰਦੀ ਦੇ ਵਿੱਚ ਵੀ ਜਿਹੜਾ ਆਪਣੀ ਥਾਂ ਬਣਾ ਲਈ ਸੀ ਔਰ ਗੱਲਬਾਤ ਕਰਵਾਉਂਦਾ ਸੀ ਜੁਝਾਰੂਆਂ ਨੂੰ ਅੰਦਰੋਂ ਕਢਾ ਕੇ ਕੋਈ ਮੋਦੀ ਦੇ ਨਾਲ, ਕੋਈ ਕਿਸੇ ਨਾਲ, ਕਿਉਂਕਿ ਇੱਕ ਦੋ ਸਿੰਘ ਗੁਜਰਾਤ ਦੀ ਜੇਲ੍ਹ ਵਿੱਚ ਸਨ ਅਤੇ ਨਰਿੰਦਰ ਮੋਦੀ ਉਦੋਂ ਚੀਫ ਮਿਨਿਸਟਰ ਹੁੰਦਾ ਸੀ ਜੀ। ਸੋ ਜਦੋਂ ਇੱਕ ਅੱਧੇ ਇਸ ਕੇਸ ਬਾਰੇ ਮੈਨੂੰ ਪਤਾ ਲੱਗਾ ਤਾਂ ਮੈਂ ਜਾਣਨਾ ਚਾਹਿਆ ਕਿ ਜੀ ਇਹ ਕੀ ਹੈ, ਇਹ ਰੁਲਦੇ ਦਾ ਉੱਥੇ ਕੀ ਕੰਮ ਹੈ ਜਾਂ ਤੁਹਾਡਾ ਇਹ ਬੰਦਾ ਉਹਦੇ ਨਾਲ ਕਿਵੇਂ ਗਿਆ ਉੱਥੇ ਮਿਲਣ। ਕਹਿਣ ਲੱਗੇ ਜੀ, ਉਹਨੇ ਕਿਹਾ ਵੀ ਕੋਈ ਨਹੀਂ, ਮੋਦੀ ਸਾਡਾ ਖਾਸ ਹੈ, RSS ਨਾਲ ਅਸੀਂ ਸੰਬੰਧਿਤ ਹੈ, ਅਤੇ ਵੀ ਜੇ ਮੋਦੀ ਨੂੰ ਮਿਲਿਆ ਜਾਂ ਉਹਦੇ ਦਸਤਾਂ ਦੇ ਨਾਲ ਉਹਦੀ ਬੰਦੇ ਦੀ ਰਿਹਾਈ ਹੋ ਜਾਂਦੀ ਹੈ ਅਤੇ ਕੀ ਹਰਜ਼ ਵਾਲੀ ਗੱਲ ਹੈ। ਸੋ ਇਹਨਾਂ ਨੇ ਈਵਨ ਇਹੀ ਨਹੀਂ ਕਿ ਆਮ ਲੋਕਾਂ ਤੱਕ ਇਹਨਾਂ ਡੇਰਾਵਾਦ ਜਾਂ ਦੂਜਿਆਂ ਰਾਹੀਂ ਥਾਂ ਬਣਾਈ ਹੋਈ ਆ, ਉਹਨਾਂ ਨੇ
ਈਵਨ ਜਿਹੜੇ ਸਾਡੇ ਐਕਟਿਵ ਪੋਲੀਟੀਕਲ ਜਾਂ ਜੁਝਾਰੂ ਵਰਗ ਵੀ ਸੀ ਉਹਨਾਂ ਤੱਕ ਵੀ ਉਹਨਾਂ ਨੇ ਜਿਹੜੀ ਉਹ ਘੁਸਪੈਠ ਕੀਤੀ ਹੋਈ ਸੀ ਜੀ। ਸੋ ਜ਼ਾਹਰ ਹੈ ਵੀ ਉਹਨਾਂ ਨੇ ਗੁੰਡਾਗਰਦੀ ਦਾ ਸਹਾਰਾ ਉਹ ਲੈ ਰਹੇ ਨੇ ਚਾਰੇ ਪਾਸੇ, ਔਰ ਉਹ ਕਿਸ ਕਦਰ ਵੱਧਦੀ ਜਾ ਰਹੀ ਹੈ ਔਰ ਕਿਵੇਂ ਉਹ ਸਾਡੇ ਘਰ ਆ ਕੇ ਸਾਨੂੰ ਚੈਲੰਜ ਕਰ ਰਹੇ ਨੇ ਜੀ। ਹੁਣ ਜ਼ਾਹਰ ਹੈ ਕਿ ਰੋਡੇ ਪਿੰਡ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਵਰਲਡ ਫੇਮਸ ਇਸ ਪਿੰਡ ਦਾ ਨਾਂ ਵੀ ਹੈ ਜਿੱਥੋਂ ਕਿ 20ਵੀਂ ਸਦੀ ਦਾ ਇਹ ਮਹਾਨ ਜਿਹੜਾ ਸੰਤ ਸਿਪਾਹੀ ਨਿਕਲਿਆ, ਔਰ ਪਿਛਲੇ ਦਿਨਾਂ ਦੀ ਖਬਰ ਹੈ ਕਿ ਉਸ ਦੇ ਬਿਲਕੁਲ ਲਾਗਲੇ ਪਿੰਡ ਦੇ ਵਿੱਚ ਜਿਹੜਾ ਸੌਦਾ ਸਾਹਿਬ ਦਾ ਜਿਹੜਾ ਉਹ ਨਾਮ ਚਰਚਾ ਦੇ ਨਾਂ ਥੱਲੇ ਉਹ ਡੇਰਾ ਖੁਲਵਾਇਆ ਜਾ ਰਿਹਾ ਜੀ। ਹਾਲਾਂ ਲੋਕਾਂ ਨੇ ਬੜਾ ਵੱਡਾ ਇਕੱਠ ਕੀਤਾ ਹੈ, ਵਾਰਨਿੰਗ ਦਿੱਤੀ ਹੈ ਕਿ ਜੀ ਇਸ ਕਿਸਮ ਦਾ ਅਸੀਂ ਨਹੀਂ ਹੋਣ ਦਿਆਂਗੇ, ਪਰ ਜਿਹੜੇ ਵਿਰੋਧ ਕਰਨ ਵਾਲੇ ਸੀ ਜੋ ਹਾਲ ਬਲਜੀਤ ਸਿੰਘ ਦਾਦੂਵਾਲ ਦਾ ਕਰ ਦਿੱਤਾ ਹੈ, ਉਸ ਤੋਂ ਬਾਅਦ ਕਿਹੜਾ ਉੱਠੇਗਾ ਅਤੇ ਕਿਹੜਾ ਉਸ ਇਲਾਕੇ 'ਚ ਜਾ ਕੇ ਸੌਦਾ ਸਾਹਿਬ ਦੇ ਖਿਲਾਫ਼ ਪੰਜ ਪ੍ਰਧਾਨੀ ਨੇ ਵੀ ਮੋਰਚਾ ਲਾਇਆ ਸੀ ਜੀ, ਲੇਕਿਨ ਕਿਤੇ ਕੋਈ ਕਿਸੇ ਨੇ ਕੋਈ ਜਿਹੜਾ ਉਸ ਨੂੰ ਹੁਕਮਨਾਮਾ ਅਕਾਲ ਤਖ਼ਤ ਦਾ ਗੁਰਮਤ ਹੈ ਕਿ ਇਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਰੋਕਿਆ ਜਾਏ। ਔਰ ਇਹ ਜਿਹੜਾ ਵਾਕਿਆ ਇਹ ਚੰਡੀਗੜ੍ਹ ਦੇ ਵਿੱਚ ਹੋਇਆ, ਚੰਡੀਗੜ੍ਹ 'ਚ ਤਾਂ ਵੈਸੇ ਹੀ ਸਿੱਖਾਂ ਦੀ ਆਬਾਦੀ 20% ਤੋਂ ਘੱਟ ਹੈ ਜੀ, ਔਰ ਯੂਨੀਅਨ ਟੈਰੀਟਰੀ ਹੈ ਬੇਸ਼ੱਕ, ਉੱਥੇ ਇਹ ਆਸ ਕੀਤੀ ਜਾਂਦੀ ਹੈ ਕਿ ਵੀ ਜਿਹੜਾ 60-40 ਦੀ ਰੇਸ਼ੋ ਨਾਲ ਉੱਥੇ ਆਫੀਸ਼ੀਅਲ ਜਾਂ ਪੁਲਿਸ ਹੋਏਗੀ, ਪੰਜਾਬ ਦੇ 60%, ਹਰਿਆਣੇ ਦੇ 40%, ਕਿਉਂਕਿ ਜੁਆਇੰਟ ਕੈਪਰ ਇਵੇਂ ਹੁੰਦਾ ਨਹੀਂ ਹੈ ਜੀ। ਚੰਡੀਗੜ੍ਹ ਜਿਹੜਾ ਆਲਮੋਸਟ ਸਾਰਾ ਹੀ ਜਿਹੜਾ ਉਹ ਹਿੰਦੂ ਡੋਮੀਨੇਟਿਡ ਹੈ, ਔਰ ਉਹਨਾਂ ਦੇ ਵਿੱਚ ਅੱਜ ਕੱਲ੍ਹ RSS ਦੀ ਜਿਹੜੀ ਆ ਉਹ ਸਰਦਾਰੀ ਹੈ ਜੀ, ਔਰ ਉਹਨਾਂ ਨੇ ਆਪਣੀ ਗੁੰਡਾਗਰਦੀ ਦੇ ਨਾਲ ਜਿਵੇਂ ਇਹਨਾਂ ਨੇ ਕਿਹਾ ਕਿ ਵੀ ਉਸ ਨਾਟਕ ਨੂੰ ਰੁਕਵਾਇਆ। ਇਹੀ ਗੱਲ ਅਸੀਂ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਕਿ ਬਹੁਤ ਸਾਰੀਆਂ ਥਾਵਾਂ 'ਤੇ, ਔਰ ਪੰਜਾਬ ਦੇ ਵਿੱਚ ਕੁਝ ਥਾਵਾਂ 'ਤੇ ਸਿੱਖ ਪ੍ਰਚਾਰਕ ਜਿਹੜੇ ਕਿ ਖੁੱਲ੍ਹ ਕੇ ਡੇਰਾਵਾਦ ਜਾਂ ਸੌਦਾ ਸਾਹਿਬ ਜਾਂ ਇਸ ਕਿਸਮ ਦੇ ਪਖੰਡਾਂ ਦੇ ਖਿਲਾਫ਼ ਬੋਲਦੇ ਨੇ ਜੀ, ਉਹਨਾਂ ਨੂੰ ਉਹਨਾਂ ਦੇ ਖਿਲਾਫ਼ ਕੇਸ ਰਜਿਸਟਰ ਕੀਤੇ ਹੋਏ ਨੇ ਕਿ ਜੀ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ, ਉਹ ਹੀ ਕਿਸ ਕਿਸਮ ਦਾ ਜਿਹਦੇ 'ਤੇ ਮਰਜ਼ੀ ਲਾ ਦਿਓ ਤੁਸੀਂ, ਜੇ ਈਵਨ ਗੁਰਬਾਣੀ ਦੇ ਇੰਟਰਪ੍ਰੀਟੇਸ਼ਨ ਕਰਦੇ ਹੋ ਜੀ। ਹੁਣ ਅਸੀਂ ਇੱਥੇ ਬੈਠ ਕੇ ਤਾਂ ਜ਼ਰੂਰ ਜੇ ਅਸੀਂ ਬੁੱਤ ਪ੍ਰਸਤੀ ਦੀ ਗੱਲ ਆਈ ਅਸੀਂ ਕਬੀਰ ਸਾਹਿਬ ਨੂੰ ਕੋਟ ਕਰਦੇ ਕਿ ਕਬੀਰ ਸਾਹਿਬ ਨੇ ਇਹ ਯਾਦ ਕਰਵਾਇਆ ਕਿ ਭਾਈ ਪਾਤੀ ਤੋੜੇ ਮਾਲਣੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋੜੇ ਸੋ ਪਾਹਨ ਨਿਰਜੀਓ, ਭੁੱਲੀ ਮਾਲਣੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ। ਹੁਣ ਇਸ ਦੀ ਇੰਟਰਪ੍ਰੀਟੇਸ਼ਨ ਇਹੀ ਹੈ ਕਿ ਵੀ ਇੱਕ ਬੇਜਿੰਦ ਪੱਥਰ ਦੇ ਲਈ ਜਿਹੜੀ ਹੈ ਮਾਲਣੀ ਇੱਕ ਸਜਿੰਦ ਰੁੱਖ ਫੁੱਲ ਪੱਤੇ ਉਹਨਾਂ ਨੂੰ ਤੋੜ ਰਹੀ ਹੈ। ਹੁਣ ਇਹਦੀ ਇੰਟਰਪ੍ਰੀਟੇਸ਼ਨ ਕਰਨਾ ਪੰਜਾਬ ਦੀ ਕਿਸੇ ਸਟੇਜ 'ਤੇ ਇਹ ਇਹਦਾ ਮਤਲਬ ਹੋਏਗਾ ਕਿ ਤੁਹਾਡੇ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਜੀ, ਔਰ ਇਵੇਂ ਹੀ ਅੱਜ ਬਹੁਤ ਸਾਰੀਆਂ ਥਾਵਾਂ 'ਤੇ ਹੋ ਰਿਹਾ। ਸੋ ਹੁਣ ਤੁਸੀਂ ਕੀ ਆਪਣਾ ਧਰਮ ਦਾ ਉਪਦੇਸ਼ ਦੇਣਾ ਜਾਂ ਇਹ ਤਾਂ ਸਮਾਜਿਕ ਦਾਇਰਾ ਕਾਰਜ ਹੈ, ਜ਼ਾਹਰ ਹੈ ਕਿ ਸੋਸ਼ਲ ਰਿਫਾਰਮਰ ਕਿਸਮ ਦੇ ਜਿਹੜੇ ਇਸ ਕਿਸਮ ਦੇ ਬੋਲਡ ਆਰਟਿਸਟ ਨੇ ਉਹ ਆਪਣਾ ਮੈਸੇਜ ਇੱਕ ਡਰਾਮੈਟਿਕ ਤਰੀਕੇ ਨਾਲ ਦਿੰਦੇ ਨੇ। ਧਾਰਮਿਕ ਤੌਰ 'ਤੇ ਤੁਸੀਂ ਗੁਰਦੁਆਰਿਆਂ 'ਚ ਆਪਣੀ ਗੱਲ ਨਹੀਂ ਕਰ ਸਕਦੇ, ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਹੈ। ਬਣੀ ਡੈਮੋਕ੍ਰੇਸੀ ਹੋਈ ਹੈ, ਫਰੀਡਮ ਆਫ ਐਕਸਪ੍ਰੈਸ਼ਨ ਹੈ, ਪਰ ਤੁਸੀਂ ਚੰਡੀਗੜ੍ਹ ਦੇ ਟੈਗੋਰ ਥੀਏਟਰ ਦੇ ਵਿੱਚ ਨਾਟਕ ਨਹੀਂ ਕਰ ਸਕਦੇ ਕਿਉਂਕਿ RSS ਅਤੇ ਗੁੰਡਿਆਂ ਦੀ ਭੀੜ ਜਿਹੜੀ ਹੈ ਉਹ ਇਕੱਠੀ ਹੋ ਕੇ ਆਈ ਹੈ। ਔਰ ਮੈਨੂੰ ਪਿਛਲੇ ਦਿਨਾਂ 'ਚ ਕੋਈ ਸੱਜਣ ਜਿਹੜੇ ਕਾਫੀ ਇਨਸਾਈਡਰ ਨੇ ਉਹ ਦੱਸ ਰਹੇ ਸੀ ਕਿ ਜੀ ਇੱਥੇ ਜਿਹੜੇ ਹੁਣ ਸ਼ਿਵ ਸੈਨਾ ਦੇ ਜਾਂ ਬਜਰੰਗ ਦਲ ਦੇ ਨੇ ਉਹਨਾਂ ਦੀਆਂ IDs ਨੇ ਉਹਨਾਂ ਦੇ ਕੋਲ ਆਪਣੀਆਂ, ਉਹਨਾਂ ਦੇ ਹੈੱਡਕੁਆਰਟਰ ਤੋਂ ਇਸ਼ੂ ਹੋਈਆਂ, ਔਰ ਉਹਨਾਂ ਨੇ ਜਿਹੜਾ ਕੰਮ ਕਰਵਾਉਣਾ ਉਹ ਜਾ ਕੇ DC ਹੋਏ, SP ਦਾ ਦਫ਼ਤਰ ਹੋਏ, ਕੋਈ ਆਮ ਐਜੂਕੇਸ਼ਨ ਹੈਲਥ ਕੋਈ ਹੋਣ, ਉਹ ਸਿੱਧੇ ਅੰਦਰ ਜਾ ਵੜਦੇ ਨੇ ਅਤੇ ਸਾਹਮਣੇ ਉਹਦੇ ਆਪਣੀ ID ਰੱਖ ਦਿੰਦੇ ਨੇ ਅਤੇ ਉਸ ID ਦੀ ਉਹ ਜਿਹੜੀ ਪਾਵਰ ਹੈ ਇਸ ਵੇਲੇ ਕਿਸੇ ਵੀ ਮਿਨਿਸਟਰ ਤੋਂ ਫੋਨ ਕਰਵਾਉਣ ਜਾਂ ਕਿਸੇ ਹੋਰ ਤੋਂ ਕਰਵਾਉਣ ਨਾਲੋਂ ਵੀ ਮੱਚ ਪਾਵਰਫੁੱਲ ਹੈ। ਉਹਨੇ ਕਿਹਾ ਜੀ ਇਸ ਪਾਵਰ ਦੇ ਦੇਖਦੇ ਹਾਂ ਸਿੱਖ ਮੁੰਡੇ ਵੀ ਜਿਹੜੇ ਨੇ ਉਹ ਸ਼ਿਵ ਸੈਨਾ ਜੁਆਇਨ ਕਰ ਰਹੇ ਨੇ ਕਿ ਜੀ ਕੰਮ ਕਰਵਾਉਣੇ ਸੌਖੇ ਨੇ, ਕਿ ਵੀ ਇਸ ID ਦਾ ਬੜਾ ਮੁੱਲ ਪੈਂਦਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਗੁੰਡਾ ਪਾਰਟੀ ਦਾ ਰਾਜ ਹੈ ਔਰ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ। ਆਉਣ ਵਾਲੇ ਦਿਨਾਂ 'ਚ ਅਸੀਂ ਇਸ ਤੋਂ ਵੀ ਵਰਸਟ ਜਿਹੜੇ ਹੈ ਉਹ ਹਾਲਾਤ ਦੇਖਾਂਗੇ। ਇਹਨਾਂ ਦਾ ਵੀਰ ਅਮਰਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਇਸ ਇਸ਼ੂ ਨੂੰ ਹਾਈਲਾਈਟ ਕੀਤਾ ਜੀ। ਡਾਕਟਰ ਸਾਹਿਬ ਇਸ ਨਾਲ ਲੈਂਦੇ ਹਾਂ ਬ੍ਰੇਕ, ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।